ਦੋਸਤੋ, ਜਦੋਂ ਅਸੀਂ ਸਿੱਖ ਧਰਮ ਦੇ ਵਿੱਚ ਸਵਈਆ ਦੇ ਵਿੱਚ ਜਾ ਕੇ ਕ੍ਰਿਸ਼ਨ ਅਵਤਾਰ ਜੀ ਬਾਰੇ ਪੜ੍ਹਦੇ ਹਾਂ ਤਾਂ ਉੱਥੇ ਜ਼ਿਕਰ ਆਉਂਦਾ, ਚੰਦਨ ਧੂਪ ਕਦੰਬ ਕਲੰਬਕ ਦੀਪਕ ਦੀਪ ਤਹਾ ਦਰਸਾਏ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਹੜੀ ਅਸੀਂ ਕੁਛ ਸਮਾਂ ਪਹਿਲਾਂ ਇੱਕ ਲੜੀ ਸ਼ੁਰੂ ਕੀਤੀ ਹੈ ਕਿ ਵੱਖ ਵੱਖ ਰੁੱਖਾਂ ਨਾਲ ਤੁਹਾਡੀ ਜਾਣ ਪਛਾਣ ਕਰਵਾਈ ਜਾਵੇ, ਤਾਂ ਉਸ ਲੜੀ ਦੇ ਤਹਿਤ ਅੱਜ ਆਪਾਂ ਦੂਸਰਾ ਜਿਹੜਾ ਰੁੱਖ ਹੈਗਾ, ਬੜਾ ਖੂਬਸੂਰਤ ਰੁੱਖ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨਾਲ ਜੁੜਿਆ ਹੋਇਆ, ਉਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ, ਜਿਹਨੂੰ ਕਦੰਬ ਕਿਹਾ ਜਾਂਦਾ ਹੈ ਅਤੇ ਜਿਹਦਾ ਜ਼ਿਕਰ ਸਾਡੇ ਜਿਹੜਾ ਹੈਗਾ ਹਿੰਦੂ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਕ੍ਰਿਸ਼ਨ ਜੀ ਮਹਾਰਾਜ ਦੀ ਜਨਮ ਅਸ਼ਟਮੀ ਹੈ ਅਤੇ ਮੈਂ ਉਹਨਾਂ ਦੀ ਇਸ ਜਨਮ ਅਸ਼ਟਮੀ 'ਤੇ ਆਪ ਸਭ ਸੱਜਣਾਂ ਨੂੰ ਮੁਬਾਰਕਬਾਦ ਦਿੰਦਾ ਅਤੇ ਇਸੇ ਕਰਕੇ ਹੀ ਜਨਮ ਅਸ਼ਟਮੀ ਕਰਕੇ ਹੀ ਕਿ ਜਦੋਂ ਵੀ ਅਸੀਂ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਕੋਈ ਤਸਵੀਰ ਦੇਖਦੇ ਹਾਂ ਤਾਂ ਉਹ ਜਦੋਂ ਬਾਂਸਰੀ ਵਜਾਉਂਦੇ ਹੋਏ ਦਿਖਾਏ ਗਏ ਆ ਕਿਸੇ ਵੀ ਜਿਹੜੇ ਕਲਾਕਾਰ ਵੱਲੋਂ ਤਾਂ ਉਹ ਕਦਮ ਦੇ ਰੁੱਖ ਥੱਲੇ ਹੁੰਦੇ ਆ। ਸੋ ਮੈਂ ਵੀ ਇਸ ਵਕਤ ਕਦਮ ਦੇ ਰੁੱਖ ਥੱਲੇ ਖੜ੍ਹਾ ਹੋਇਆ, ਅੱਜ ਤੁਹਾਡੇ ਨਾਲ ਕਦਮ ਦੇ ਰੁੱਖ ਬਾਰੇ ਜਿਹੜੀਆਂ ਗੱਲਾਂ ਸਾਂਝੀਆਂ ਕਰੂੰਗਾ। ਹਿੰਦੂ ਇਤਿਹਾਸ ਦੀ ਆਪਾਂ ਜੇ ਗੱਲ ਕਰੀਏ ਤਾਂ ਸੁਣਨ ਦੇ ਵਿੱਚ ਇਹ ਆਉਂਦਾ ਕਿ ਤਕਰੀਬਨ 2000 ਸਾਲ ਪਹਿਲਾਂ ਜਿਹੜਾ ਵਰਿੰਦਾਵਨ ਵਾਲਾ ਏਰੀਆ ਹੈਗਾ, ਭਾਰਤਪੁਰ ਅਤੇ ਮਥੁਰਾ ਦੇ ਵਿਚਕਾਰ, ਉੱਥੇ ਕਿਸੇ ਵਕਤ ਜਿਹੜੇ ਬਹੁਤ ਜ਼ਿਆਦਾ ਜੰਗਲ ਸੀਗਾ ਕਦਮ ਦਾ, ਤਾਂ ਹੋਇਆ ਕਹਿੰਦੇ ਸੁਣ 'ਚ ਇਹ ਆਉਂਦਾ ਇੱਕ ਇਹ ਦੰਦ ਕਥਾ ਕਿ ਇੱਕ ਵਾਰ ਵਿਸ਼ਨੂੰ ਭਗਵਾਨ ਨੇ ਸ਼ੇਸ਼ਨਾਗ ਨੂੰ ਖੁਸ਼ ਕਰਨ ਦੇ ਲਈ ਜਿਹੜੀ ਸ਼ਰਾਬ ਦੀ ਦੇਵੀ ਵਰਨੀ ਸੀ ਉਹਨੂੰ ਭੇਜਿਆ ਅਤੇ ਉਹ ਦੇਵੀ ਸ਼ਰਾਬ ਦੀ ਦੇਵੀ ਆ ਕੇ ਕਦਮ ਦੇ ਰੁੱਖ ਦੇ ਵਿੱਚ ਛੁੱਪ ਗਈ ਅਤੇ ਉਹ ਇਹਦੇ ਵਿੱਚੋਂ ਕੁਛ ਜਿਹੜੀਆਂ ਬੂੰਦਾਂ ਟਪਕੀਆਂ ਅਤੇ ਉਹ ਬੂੰਦਾਂ ਜਿਹੜੀਆਂ ਹੈਗੀਆਂ ਉਹ ਸ਼੍ਰੀ ਕ੍ਰਿਸ਼ਨ ਮਹਾਰਾਜ ਅਤੇ ਗੋਪੀਆਂ ਅਤੇ ਰਾਧਾ ਉਹਨਾਂ ਨੇ ਉਹ ਬੂੰਦਾਂ ਪੀਤੀਆਂ ਅਤੇ ਉਸ ਤੋਂ ਬਾਅਦ ਜਿਹੜਾ ਰਾਸਲੀਲਾ ਦਾ ਜ਼ਿਕਰ ਜਿਹੜਾ ਆਪਾਂ ਪੜ੍ਹਦੇ ਹਾਂ ਵੀ ਉਹ ਰਾਸਲੀਲਾ ਕੀ ਜਿਹੜੀ ਹੋਈ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇਹਦੇ ਫੁੱਲ ਬੜੇ ਖੂਬਸੂਰਤ ਫੁੱਲ ਨੇ, ਦੇਖੋ ਕਿਆ ਮਜ਼ੇਦਾਰ ਚੀਜ਼ ਆ, ਇੱਦਾਂ ਲੱਗਦਾ ਜਿੱਦਾਂ ਮੋਤੀਚੂਰ ਦਾ ਲੱਡੂ ਹੋਵੇ ਜਾਂ ਬੋਲ ਹੋਣ। ਇਹ ਪਹਿਲਾਂ ਇਸ ਫੋਰਮ 'ਚ ਹੁੰਦੀ ਆ ਤਾਂ ਇਹ ਬਰਡਸ ਨੇ ਜਿਹੜੀਆਂ ਇਹ ਪੀਲੇ ਰੰਗ ਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚੋਂ ਫਿਰ ਵਾਈਟ ਕਲਰ ਦੇ ਸਟਿਗਮਾਸ ਨਿਕਲਦੇ ਆ। ਕਦਮ ਦੇ ਜਿਹੜੇ ਫੁੱਲ ਪੈਣ ਦਾ ਜਿਹੜਾ ਸਮਾਂ ਹੈਗਾ ਇਸ ਰੁੱਖ ਨੂੰ, ਇਹ ਜੁਲਾਈ ਤੋਂ ਸ਼ੁਰੂ ਹੋ ਜਾਂਦਾ, ਜੁਲਾਈ ਅਗਸਤ ਸਤੰਬਰ ਤੱਕ ਜਿਹੜਾ ਫੁੱਲ ਦੇਖਣ ਨੂੰ ਮਿਲਦੇ ਆ। ਉਸ ਤੋਂ ਬਾਅਦ ਜਿਹੜੇ ਇਹ ਫੁੱਲ ਹੈਗੇ ਆ ਉਹ ਫਲਾਂ 'ਚ ਤਬਦੀਲ ਹੋ ਜਾਂਦੇ ਆ, ਫੁੱਲਾਂ ਦੇ ਵਿੱਚ ਸੁਗੰਧੀ ਹੋਣ ਕਾਰਨ ਇਤਰ ਵੀ ਕੱਢਿਆ ਜਾਂਦਾ ਰਿਹਾ। ਕਿਸੇ ਵੇਲੇ ਜਿਹੜੀਆਂ ਔਰਤਾਂ ਆਪਣੇ ਵਾਲਾਂ 'ਚ ਇਹਨਾਂ ਫੁੱਲਾਂ ਨੂੰ ਜਿਹੜਾ ਸਜਾਉਣਾ ਬੜਾ ਪਸੰਦ ਕਰਦੀਆਂ ਸੀਗੀਆਂ, ਕੁਦਰਤੀ ਤੌਰ 'ਤੇ ਜਦੋਂ ਸ਼ਿੰਗਾਰ ਕੀਤਾ ਜਾਂਦਾ ਸੀਗਾ। ਫਿਰ ਇਹਦੇ ਜਿਹੜੇ ਜੇ ਆਪਾਂ ਫਲਾਂ ਦੀ ਗੱਲ ਕਰੀਏ ਤਾਂ ਫਲਾਂ ਦੇ ਵਿੱਚ ਤੇਜ਼ਾਬੀਪਣ ਪਾਇਆ ਜਾਂਦਾ, ਫਲਾਂ ਦੇ ਵਿੱਚ ਤੇਜ਼ਾਬੀਪਣ ਹੁੰਦਾ ਹੋਣ ਕਾਰਨ ਜਿਹੜੇ ਚਮਗਿੱਦੜ ਅਤੇ ਹੋਰ ਬਹੁਤ ਪੰਛੀ ਇਹਦੇ 'ਤੇ ਵਿਜ਼ਿਟ ਕਰਦੇ ਆ ਅਤੇ ਉਹ ਖਾਂਦੇ ਆ, ਫਲ ਵੀ ਖਾਂਦੇ ਆ ਫੁੱਲ ਵੀ ਖਾਂਦੇ ਆ। ਇੱਥੋਂ ਤੱਕ ਕਿ ਕਈ ਰਾਜਾਂ ਦੇ ਵਿੱਚ, ਭਾਰਤ ਦੇ ਵਿੱਚ ਇਨਸਾਨ ਵੀ ਜਿਹੜੇ ਇਹਦੇ ਫੁੱਲ ਅਤੇ ਫਲ ਆ ਉਹਨੂੰ ਜਿਹੜਾ ਦਵਾਈਆਂ ਵਜੋਂ ਵੀ ਵਰਤਦੇ ਆ ਅਤੇ ਵੈਸੇ ਵੀ ਖਾਂਦੇ ਆ। ਜੇ ਆਪਾਂ ਦਵਾਈਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਇਹਦਾ ਜਿਹੜਾ ਸੱਕ ਹੈ ਉਹ ਜਿੱਦਾਂ ਬੁਖਾਰ ਖੰਘ ਅੱਖਾਂ ਦੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ। ਜਿਹੜੇ ਇਹਦੇ ਪੱਤੇ ਆ ਇੱਦਾਂ ਅੱਧੇ ਹਾਰਟ ਸ਼ੇਪ ਦੇ ਆ, ਉਹ ਉੱਪਰੋਂ ਤਿੱਖੇ ਆ, ਬੜੇ ਮੁਲਾਇਮ ਪੱਤੇ ਨੇ। ਇਹ ਪੱਤਿਆਂ ਨੂੰ ਚਾਰੇ ਦੇ ਰੂਪ ਵਿੱਚ ਵੀ ਵਰਤਿਆ ਜਾ ਜਿਹੜਾ ਜਾਂਦਾ ਰਿਹਾ। ਹਜੇ ਵੀ ਕੁਛ ਲੋਕ ਜਿਹੜੇ ਇਹਦਾ ਗਿਆਨ ਰੱਖਦੇ ਆ ਐਜ਼ ਏ ਫੋਡਰ ਚਾਰੇ ਵਜੋਂ ਇਹਨੂੰ ਵਰਤਿਆ ਜਾਂਦਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਇਹਦਾ ਜਿਹੜਾ ਤਣਾ ਹੈਗਾ, ਜਿੱਦਾਂ ਜਿੱਦਾਂ ਇਹ ਰੁੱਖ ਪੁਰਾਣਾ ਹੋਈ ਜਾਂਦਾ ਅਤੇ ਤਣਾ ਤਣੇ ਦੀ ਇੱਕ ਅਲੱਗ ਖੂਬਸੂਰਤੀ ਆ, ਉਹਦੇ 'ਚ ਕਟਾ ਜਿਹੜੇ ਹੈਗੇ ਆ ਇੱਦਾਂ ਵਰਟੀਕਲ ਕਟਾ ਵੇਖਣ ਨੂੰ ਮਿਲਦੇ ਆ। ਜੇ ਆਪਾਂ ਇਹਦੇ ਰੁੱਖ ਦੀ ਉਚਾਈ ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਰੁੱਖ ਹੈ ਤਕਰੀਬਨ ਜਿਹੜੀਆਂ ਅਨੁਕੂਲ ਹਾਲਤਾਂ ਦੇ ਵਿੱਚ ਇਹ 40-50 ਫੁੱਟ ਤੱਕ ਚਲਾਇਆ ਜਾਂਦਾ। ਹਾਲਾਂਕਿ ਇਹਨੂੰ ਜਿਹੜਾ ਹੈਗਾ ਕਿਤਾਬਾਂ ਦੇ ਵਿੱਚ ਜਾਂ ਕਈ ਹੋਰ ਰਾਜਾਂ ਦੇ ਵਿੱਚ ਇਹ ਐਜ਼ ਏ ਪੱਤਝੜੀ ਰੁੱਖ ਆ, ਪਰ ਪੰਜਾਬ ਦੇ ਵਿੱਚ ਇਹ ਕਦੇ ਵੀ ਪੱਤਰਹੀਨ ਪੂਰੇ ਤੌਰ 'ਤੇ ਨਹੀਂ ਸਾਨੂੰ ਦਿਖਦਾ। ਇਹ ਜਿਹੜਾ ਨਮੀ ਨੂੰ ਬਹੁਤ ਪਸੰਦ ਕਰਦਾ ਵਾਲਾ ਰੁੱਖ ਹੈ ਅਤੇ ਖਾਸ ਕਰਕੇ ਜਿਹੜੇ ਪਾਣੀ ਦੇ ਸੋਮੇ ਆ ਉਹਦੇ ਆਸੇ ਪਾਸੇ ਬਹੁਤ ਵਾਧਾ ਫੁੱਲਦਾ ਹੈ, ਬੜਾ ਸੋਹਣਾ ਹੋ ਜਾਂਦਾ। ਇਹਦਾ ਜਿਹੜਾ ਵਾਧਾ ਹੈ ਉਹ ਬਿਲਕੁਲ ਜ਼ਿਆਦਾਤਰ ਸਿੱਧਾ ਹੁੰਦਾ, ਸਿਲੰਡਰੀਕਲ ਹੁੰਦਾ, ਇਸ ਕਰਕੇ ਇਹਨੂੰ ਕਤਾਰਾਂ 'ਚ ਦੇ ਵਿੱਚ ਲਾਉਣ ਲਈ ਜਾਂ ਕਿਸੇ ਬਿਲਡਿੰਗ ਨੂੰ ਅਸੀਂ ਜਦੋਂ ਅਸੀਂ ਸਕਰੀਨ ਕਰਨਾ ਤਾਂ ਉੱਥੇ ਇਹਦਾ ਇਹਨੂੰ ਬੜੀ ਬਾਖੂਬੀ ਵਰਤਿਆ ਜਾ ਸਕਦਾ। ਇੱਕ ਗੱਲ ਜ਼ਰੂਰ ਜਿਹੜੀ ਖਾਸ ਮੈਂ ਦੱਸਣੀ ਚਾਹੂੰਗਾ ਕਿ ਇਹ ਜਦੋਂ ਅਸੀਂ ਰੁੱਖ ਨਰਸਰੀ ਤੋਂ ਲਿਆ ਕੇ ਲਾਉਣੇ ਆ ਤਾਂ ਇਹਦੀ ਗਾਚੀ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਕੁਝ ਪੌਦਿਆਂ ਨੂੰ ਬਿਲਕੁਲ ਫਰਕ ਨਹੀਂ ਪੈਂਦਾ, ਪਰ ਇਹ ਇਸ ਤਰ੍ਹਾਂ ਦਾ ਰੁੱਖ ਆ ਇਹ ਥੋੜ੍ਹਾ ਸੈਂਸਿਟਿਵ ਆ, ਜੇ ਇਹਦੀ ਗਾਚੀ ਟੁੱਟ ਜਾਂਦੀ ਆ ਤਾਂ ਇਹਦੇ ਪੌਦੇ ਮਰਨ ਦਾ ਖਦਸ਼ਾ ਬਹੁਤ ਵੱਧ ਜਾਂਦਾ। ਜਿਹੜੇ ਸੱਜਣ ਕਦਮ ਦਾ ਰੁੱਖ ਆਪਣੀਆਂ ਬਗੀਚੀਆਂ ਵਿੱਚ ਲਾਉਣਾ ਚਾਹੁੰਦੇ ਆ, ਸਾਡੇ ਮੌਸਮ ਦੇ ਵਿੱਚ ਸਾਡੀਆਂ ਵਾਤਾਵਰਨ ਹਾਲਤਾਂ ਦੇ ਵਿੱਚ ਅਸੀਂ ਇਹਨੂੰ ਬਾਖੂਬੀ ਜਿਹੜਾ ਬਰਸਾਤ ਰੁੱਤ ਚਲਾ ਸਕਦੇ ਹਾਂ, ਫਰਵਰੀ ਮਾਰਚ ਚਲਾ ਸਕਦੇ ਹਾਂ, ਔਰ
ਕੋਸ਼ਿਸ਼ ਕੀਤੀ ਜਾਵੇ, ਜਦੋਂ ਕਦਮ ਲਾਇਆ ਜਾਵੇ ਤਾਂ ਕਦਮ ਦੇ ਰੁੱਖ ਨੂੰ ਇੱਕ ਪ੍ਰੋਪਰ ਵਿਉਂਤਬੰਦੀ ਕਰਕੇ ਲਾਇਆ ਜਾਵੇ। ਇਹਦੇ ਲਾਉਣ ਲੱਗਿਆਂ ਰੁੱਖ ਤੋਂ ਰੁੱਖ ਦੀ ਦੂਰੀ ਜਿਹੜੀ ਹੈਗੀ ਆ, ਕੰਧ ਵੱਲੋਂ ਜਿਹੜੀ ਟੋਏ ਦੀ ਦੂਰੀ, ਇਹ ਸਾਰੀਆਂ ਜਿਹੜੀਆਂ ਬਰੀਕੀਆਂ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਦੋਸਤੋ, ਇਹ ਸੀ ਜਿਹੜੀਆਂ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਕਦਮ ਦੇ ਰੁੱਖ ਬਾਰੇ। ਸੋ ਬਹੁਤ ਜਲਦ ਫਿਰ ਕਿਸੇ ਹੋਰ ਨਵੇਂ ਰੁੱਖ ਬਾਰੇ ਤੁਹਾਡੇ ਨਾਲ ਗੱਲਬਾਤ ਇੱਦਾਂ ਹੀ ਸਾਂਝੀ ਕਰਾਂਗੇ। ਤਦ ਤੱਕ ਲਈ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੰਨ ਸੁਵੰਨੇ ਫੁੱਲ ਬੂਟੇ ਲਾਉਂਦੇ ਰਹੋ ਅਤੇ ਪਹਿਲਾਂ ਲੱਗਿਆਂ ਨੂੰ ਬਚਾਉਂਦੇ ਰਹੋ। ਧੰਨਵਾਦ, ਰੱਬ ਰਾਖਾ।